ਕਮਜ਼ੋਰ ਦਿਲ ਵਾਲੇ ਇਹ ਵੀਡੀਓ ਨਾ ਦੇਖਣ ਕਿਉਂਕਿ ਦਿਲ ਦਹਿਲਾ ਕੇ ਰੱਖ ਦੇਣ ਵਾਲੀਆਂ ਇਹ ਤਸਵੀਰਾਂ ਦੁਰਾਹਾ ਦੀਆਂ ਨੇ ਜਿੱਥੇ ਸੈਲਫੀ ਲੈ ਰਹੇ ਨੌਜਵਾਨ ਇੱਕ ਟ੍ਰੇਨ ਦੀ ਲਪੇਟ ਦੇ ਵਿੱਚ ਆ ਗਏ ਤੇ ਤੇਜ਼ ਰਫ਼ਤਾਰ ਟ੍ਰੇਨ ਨੇ ਇਹਨਾਂ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਇਹ ਹਾਦਸਾ ਕਿੰਨਾ ਕੁ ਦਰਦਨਾਕ ਸੀ ਇਸਦਾ ਅੰਦਾਜ਼ਾ ਤੁਸੀਂ ਤਸਵੀਰਾਂ ਦੇਖ ਕੇ ਲਗਾ ਸਕਦੇ ਹੋ। ਦੱਸਿਆ ਜਾ ਰਿਹਾ ਕਿ ਤਿੰਨੋਂ ਨੌਜਵਾਨ ਕਟਾਣਾ ਸਾਹਿਬ ਵਿਖੇ ਮੱਥਾ ਟੇਕਣ ਆਏ ਸੀ ਜੋ ਕਿ ਸੈਲਫੀ ਲੈਣ ਦੇ ਲਈ ਫਲਾਈਓਵਰ ਉੱਤੇ ਚੜ ਗਏ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੀ ਇਹ ਸੈਲਫੀ ਉਹਨਾਂ ਦੀ ਆਖਰੀ ਸੈਲਫੀ ਹੋਵੇਗੀ ਕਿਉਂਕਿ ਪਿੱਛੋਂ ਆ ਰਹੀ ਟ੍ਰੇਨ ਨੇ ਇਹਨਾਂ ਦੋ ਨੌਜਵਾਨਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਜਦਕਿ ਤੀਸਰਾ ਨੌਜਵਾਨ ਵਾਲ ਵਾਲ ਬਚ ਗਿਆ। ਦੱਸ ਦਈਏ ਕਿ ਮ੍ਰਿਤਕਾਂ ਦੀ ਪਛਾਣ ਯੁਵਰਾਜ ਅਤੇ ਗੌਰਵ ਦੇ ਵਜੋਂ ਹੋਈ ਹੈ। ਪਛਾਣ ਕੋਈ ਨਹੀਂ ਆਈ, ਤਿੰਨ ਜਾਣੇ ਸੀ ਵੀ ਕਿਹੜਾ ਭੱਜ ਗਿਆ, ਦੋ ਆ ਗਏ ਰਿਕਸ਼ੇ ਦੀ ਗੱਡੀ। ਕਿੰਨੇ ਕੁ ਵਜੇ ਦੀ ਗੱਲ ਹੈ? ਇਹ ਹੋਊਗੀ 11:30 ਵਜੇ ਦੀ ਗੱਲ। ਹਾਂਜੀ, ਅਜੇ ਤੱਕ ਵੀ ਪਛਾਣ ਚੀ ਪੁਲਿਸ ਮੌਕੇ ਪੁਲਿਸ ਆ ਗਈ ਸੀ, ਪਿਛੇ ਤੱਕ ਪਛਾਣ ਚੀ ਆਈ ਸੀ ਉਹ ਪੁਲਿਸ ਡੱਡ ਵੱਲ ਵੀ ਚੱਕ ਕੇ ਸਾਂਭਾ ਨਹੀਂ ਲੱਗੀ। ਜੀ ਅਸੀਂ ਕੱਖ ਪੜ੍ਹ ਰਹੀ ਝੋਨੇ ਵਿੱਚੋਂ ਟ੍ਰੇਨ ਆਈ, ਦੋ ਬੱਚੇ ਉੱਤੇ ਖੜ੍ਹੇ ਸੀਗੇ ਪੁਲ 'ਤੇ, ਪੁਲ 'ਤੇ ਖੜ੍ਹੇ ਉੱਧਰੋਂ ਟ੍ਰੇਨ ਆਈ, ਟ੍ਰੇਨ ਖਿੱਚ ਕੇ ਲੈ ਗਈ ਅਤੇ ਅਸੀਂ ਕੋਲਜ